ਗੱਡੀਏ ਨੀ ਦੇਰ ਨਾ ਕਰੀ ਸਾਡੀ ਜਿੰਦੜੀ ਉਡੀਕੇ ਸਾਨੂੰ ਗੱਡੀਏ ਨੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਦੀਪ ਸਿੰਘ ਖੋਸਾ ਹੈ। ਜਿੰਨੇ ਵੀ ਲੋਕ ਇਸ ਸਮੇਂ ਇਸ ਵੀਡੀਓ ਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹ ਸਾਰਿਆਂ ਨੂੰ ਮੇਰੀ ਪ੍ਰੇਮ ਭਰੀ ਇੱਕ ਰਿਕੁਐਸਟ ਹੈ ਕਿ ਤੁਸੀਂ ਸਾਰਿਆਂ ਨੇ ਵੌਇਸ ਆਫ ਐਡਮਿੰਟਨ, ਜਿਹੜਾ 27 ਜੁਲਾਈ ਨੂੰ ਆਕਾ ਸੈਂਟਰ 'ਚ ਹੋਣ ਜਾ ਰਿਹਾ, ਜਿਹੜਾ ਪ੍ਰਾਣ ਗਰੁੱਪ ਅਤੇ ਪ੍ਰਵਾਨ ਐਂਟਰਟੇਨਮੈਂਟ ਦੁਆਰਾ ਔਰਗਨਾਈਜ਼ ਕੀਤਾ ਜਾ ਰਿਹਾ, ਤੁਸੀਂ ਉਸ ਈਵੈਂਟ 'ਚ ਜ਼ਰੂਰ ਹੁੰਮ ਹੁਮਾ ਕੇ ਪਹੁੰਚਣਾ। ਤੁਹਾਨੂੰ ਮੈਂ ਪ੍ਰੋਮਿਸ ਕਰਦਾ ਕਿ ਤੁਸੀਂ ਤੁਹਾਡਾ ਉਹ ਜਿਹੜਾ ਦਿਨ ਹੈ ਇੱਕ ਯਾਦਗਾਰ ਦਿਨ ਬਣ ਜਾਊਗਾ, ਕਿਉਂਕਿ ਬਹੁਤ ਹੀ ਜ਼ਿਆਦਾ ਟੈਲੈਂਟਡ ਸਿੰਗਰਸ ਇਸ ਫਿਨਾਲੇ ਵਿੱਚ ਪਰਫੋਰਮ ਕਰਨਗੇ, ਕੰਪੀਟ ਕਰਨਗੇ, ਕਿਉਂਕਿ ਇਹ ਕੰਪੀਟੀਸ਼ਨ ਹੈ, ਉਹ ਆਪਣਾ ਬੈਸਟ ਪਰਫੋਰਮ ਕਰਨਗੇ। ਇਸ ਦਾ ਮਤਲਬ ਇਹ ਕਿ ਤੁਹਾਡੀ ਐਂਟਰਟੇਨਮੈਂਟ ਵਿੱਚ ਕੋਈ ਕਮੀ ਨਹੀਂ ਆਏਗੀ। ਪਰ ਮੇਰੀ ਰਿਕੁਐਸਟ ਤੁਹਾਨੂੰ ਇਹ ਹੈ ਕਿ ਤੁਸੀਂ ਮੈਨੂੰ ਆ ਕੇ ਚੇਅਰ 'ਤੇ ਸਪੋਰਟ ਕਰਨਾ ਹੈ। ਜੇ ਤੁਸੀਂ ਹੋਰ ਮੈਨੂੰ ਜਾਣਨਾ ਸਮਝਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਮੇਰੀ ਵੈਬਸਾਈਟ gskmusic.com 'ਤੇ ਜਾ ਕੇ ਮੇਰੀ ਹੁਣ ਤੱਕ ਦੀ ਕੀਤੀ ਹੋਈ ਪਰਫੋਰਮੈਂਸਿਸ ਪਹਿਲਾਂ ਜੋ ਮੈਂ ਕਰ ਆਇਆ ਅਤੇ ਤੁਸੀਂ ਉਹਨਾਂ ਨੂੰ ਦੇਖੋ, ਸੁਣੋ, ਮੈਨੂੰ ਤੋਲੋ, ਮੈਨੂੰ ਸਮਝੋ, ਜਾਣੋ, ਅਤੇ ਫਿਰ ਮੈਨੂੰ ਆ ਕੇ ਤੁਸੀਂ ਆਪਣੀ ਫੁੱਲ ਸਪੋਰਟ ਜ਼ਰੂਰ ਦੇਣੀ ਹੈ ਅਤੇ ਪੂਰਾ ਖੁੱਲ੍ਹ ਕੇ ਚੀਅਰ ਕਰਨਾ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਜਿੰਦਰ ਕੌਰ ਹੈ, ਮੈਂ ਗਗਨ ਦੀ ਮਾਤਾ ਜੀ ਹਾਂ ਅਤੇ ਇਹਨਾਂ ਦੋ ਬਚਪਨ ਤੋਂ ਹੀ, ਸ਼ੁਰੂ ਤੋਂ ਹੀ ਸ਼ੌਂਕ ਸੀਗਾ। ਮੈਨੂੰ ਵੀ ਬਹੁਤ ਸ਼ੌਂਕ ਰਿਹਾ ਕਿਉਂਕਿ ਮੈਂ ਮਿਊਜ਼ਿਕ ਟੀਚਰ ਸੀਗੀ, DN ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ। ਮੈਂ ਮੋਗਾ ਵਿੱਚ 34 ਸਾਲ ਸਰਵਿਸ ਕੀਤੀ ਹੈ ਅਤੇ ਬੱਚਾ ਮੇਰੇ ਨਾਲ ਹੀ ਨਾਲ ਪੜ੍ਹਦਾ ਰਿਹਾ, ਗਗਨ ਪੜ੍ਹਾਉਂਦੀ ਰਹੀ ਮੈਂ ਇਹਨਾਂ ਨੂੰ, ਔਰ ਜਦੋਂ ਤੋਂ ਨਰਸਰੀ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਸਟੇਜ ਪਰਫੋਰਮੈਂਸ ਕਰਦਾ ਰਿਹਾ ਫੰਕਸ਼ਨਾਂ ਦੇ ਵਿੱਚ, ਹਰ ਫੰਕਸ਼ਨ ਦੇ ਵਿੱਚ ਇਹ ਜਾ ਕੇ ਇਹ ਅੱਗੇ ਤੋਂ ਅੱਗੇ ਵੱਧ ਕੇ ਇਹਨੇ ਪਰਫੋਰਮੈਂਸ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਿੰਦਰ ਹੈ, ਮੈਂ ਗਗਨ ਦੀ ਵਾਈਫ ਹਾਂ। ਮੈਂ ਹੁਣੇ ਕੰਮ ਤੋਂ ਵਾਪਸ ਜਾਂਦੇ ਆ ਅਤੇ ਗਗਨ ਆਪਣੇ ਰਿਆਜ਼ 'ਚ ਬਿਜ਼ੀ ਨੇ। ਮੈਨੂੰ ਬਹੁਤ ਖੁਸ਼ੀ ਹੈ ਵੌਇਸ ਆਫ ਐਡਮਿੰਟਨ 'ਚ ਫਾਈਨਲ 'ਚ ਪਹੁੰਚ ਗਏ ਨੇ ਅਤੇ ਆਈ ਵਾਂਟ ਐਵਰੀਵਨ ਟੂ ਸਪੋਰਟ ਹਿਮ। ਤੁਸੀਂ ਸਾਰੇ ਅੱਕਾ ਸੈਂਟਰ 'ਚ July 27 ਨੂੰ ਆ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਸਪੋਰਟ ਕਰਨਾ। ਆਈ ਐਮ ਸੋ ਹੈਪੀ ਫਾਰ ਹਿਮ ਐਂਡ ਆਈ ਐਮ ਗੋਇੰਗ ਟੂ ਥੈਂਕ ਪ੍ਰਾਣ ਗਰੁੱਪ ਫਾਰ ਗਿਵਿੰਗ ਹਿਮ ਅ ਪਲੈਟਫਾਰਮ ਟੂ ਪਰਫੋਰਮ ਰੀਅਲੀ, ਐਂਡ ਆਈ ਵਿਸ਼ ਹੀ ਵਿਲ ਪਰਫੋਰਮ ਰੀਅਲੀ ਵੈਲ ਐਂਡ ਵਿਨ ਦ ਕੰਪੀਟੀਸ਼ਨ। ਕਹੀਂ ਕਹੀਂ ਸੇ ਹਰ ਚਿਹਰਾ ਕਹੀਂ। ਸਤਿ ਸ਼੍ਰੀ ਅਕਾਲ, ਮੈਂ ਸੁਖਚੈਨ ਸਿੰਘ, ਗਗਨਦੀਪ ਸਿੰਘ ਖੋਸਾ, ਮੇਰਾ ਬੇਟਾ ਜਿਹੜਾ ਕਿ ਐਡਮਿੰਟਨ ਵਿੱਚ ਵੌਇਸ ਆਫ ਐਡਮਿੰਟਨ ਦੇ ਫਾਈਨਲ ਵਿੱਚ ਪਹੁੰਚ ਚੁੱਕਾ ਹੈ, ਅਤੇ ਮੇਰੀ ਸਾਰੇ ਐਡਮਿੰਟਨ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ, ਫਾਈਨਲ ਪ੍ਰੋਗਰਾਮ 'ਚ 27 ਜੁਲਾਈ ਨੂੰ ਪਹੁੰਚਣ ਦੀ ਖੇਚਲ ਕੀਤੀ ਜਾਵੇ। When you want it the most, there's no easy way out. When you're ready to go and your heart left in doubt, don't give up on your faith. Love comes to those who believe it, and that's the way it is.